ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 600 ਸਾਲ ਪੁਰਾਣੇ ਇਤਿਹਾਸਕ ਮੰਦਰ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਜਿੱਥੇ 13 ਅਗਸਤ ਨੂੰ ਪੰਜਾਬ ਬੰਦ ਕਰ ਦਲਿਤ ਭਾਈਚਾਰੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਉੱਥੇ ਹੀ ਅੱਜ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਸਿੰਘ ਹੀਰਾ, ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਨ ਦਾਸ ਅਤੇ ਮਹੰਤ ਪਰਸ਼ੋਤਮ ਲਾਲ ਦੇਹਾਰ ਚੱਕ ਹਕੀਮ ਸਮੇਤ ਹੋਰਾਂ ਆਗੂਆਂ ਵੱਲੋਂ ਇਸ ਸੰਬੰਧ ਵਿੱਚ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਸੰਤ ਸਮਾਜ ਵੱਲੋਂ ਇਹ ਫੈਸਲਾ ਲਿਆ ਗਿਆ ਕਿ 21 ਅਗਸਤ ਨੂੰ ਭਾਰਤ ਸਰਕਾਰ ਦੇ ਖਿਲਾਫ਼ ਦਿੱਲੀ ਦੇ ਜੰਤਰ ਮੰਤਰ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਨਾਲ ਹੀ ਉਹਨਾਂ ਸਮੂਹ ਸੰਗਤਾਂ ਨੂੰ 13 ਤਰੀਕ ਦੀ ਤਰ੍ਹਾਂ 21 ਤਰੀਕ ਨੂੰ ਵੀ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹ ਕੱਲ੍ਹ ਜੋ ਪੰਜਾਬ ਸ਼ਾਂਤਮਈ ਬੰਦ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ, ਸਮੂਹ ਸਾਧ ਸੰਗਤ ਨੇ ਅਤੇ ਸਮੂਹ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਸਾਰਾ ਹੀ ਭਾਈਚਾਰਾ ਭਾਵ ਕਿ ਪੰਜਾਬ ਦੇ ਵਿੱਚ ਜਿਤਨੀ ਸੰਗਤ ਵਸਦੀ ਹੈ ਲਗਭਗ ਸਾਰਿਆਂ ਨੇ ਇਸ ਦੇ ਵਿੱਚ ਸਹਿਯੋਗ ਕੀਤਾ ਰੋਸ ਪ੍ਰਦਰਸ਼ਨ ਵਿੱਚ ਸ਼ਾਂਤੀਪੂਰਵਕ, ਔਰ ਜਿਨ੍ਹਾਂ ਦੇ ਵਿੱਚ ਅਗਵਾਈ ਸੀ ਸੰਤ ਬਾਬਾ ਸਰਵਨ ਦਾਸ ਜੀ ਜਿਹੜੇ ਕਿ ਰਾਸ਼ਟਰੀ ਪ੍ਰਧਾਨ ਹਨ ਸੰਤ ਸਮਾਜ ਦੇ, ਔਰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਆਦਿ ਧਰਮ ਮਿਸ਼ਨ ਦੇ ਸੰਤ ਸਮਾਜ ਦੇ ਜੋ ਅਹੁਦੇਦਾਰ ਸਨ ਉਹਨਾਂ ਨੇ ਕਮਾਂਡ ਕੀਤੀ ਔਰ ਇਸ ਨੂੰ ਸਫਲ ਬਣਾਇਆ। ਔਰ ਇਸ ਦੇ ਨਾਲ ਨਾਲ ਜਿੱਥੇ ਭਗਵਾਨ ਵਾਲਮੀਕ ਸਮਾਜ, ਮੁਸਲਿਮ ਸਮਾਜ ਅਤੇ ਸਿੱਖ ਜਥੇਬੰਦੀਆਂ ਨੇ ਸਹਿਯੋਗ ਕੀਤਾ, ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਸਟੂਡੈਂਟ ਫੈਡਰੇਸ਼ਨ, ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਵੀ ਇਹ ਸਹਿਯੋਗ ਕੀਤਾ ਗਿਆ। ਅਸੀਂ ਇਹਨਾਂ ਸਾਰਿਆਂ ਦਾ, ਜਥੇਬੰਦੀਆਂ ਦਾ, ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਹੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਇਸ ਦੇ ਨਾਲ ਹੀ ਅਸੀਂ ਤੁਹਾਡਾ, ਸਪੈਸ਼ਲੀ ਜੋ ਜਲੰਧਰ ਦਾ ਮੀਡੀਆ ਹੈ, ਇਸ ਦਾ ਵੀ ਧੰਨਵਾਦ ਕਰਨ ਵਾਸਤੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਕਿਉਂਕਿ ਤੁਸੀਂ ਸ਼ਾਂਤਮਈ ਦਾ ਜੋ ਇਤਨਾ ਵਧੀਆ ਸੁਨੇਹਾ ਦਿੱਤਾ ਹੈ ਔਰ ਉਹ ਸਫਲ ਹੋਇਆ ਔਰ ਸਾਰੀਆਂ ਸੰਗਤਾਂ ਨੇ ਸ਼ਾਂਤੀਪੂਰਵਕ ਇਹ ਰੋਸ ਪ੍ਰਦਰਸ਼ਨ ਕੀਤਾ, ਔਰ ਇਸੇ ਤਰ੍ਹਾਂ ਜੋ ਇਹ ਸਾਡਾ ਸੰਘਰਸ਼ ਹੈ, ਜਿਤਨੀ ਦੇਰ ਤੁਗਲਕਾਬਾਦ ਵਿਖੇ ਸ਼੍ਰੀ ਗੁਰਦਾਸ ਮਹਾਰਾਜ ਦੇ ਉਸ ਇਤਿਹਾਸਕ ਸਥਾਨ ਦੀ ਜੋ ਜ਼ਮੀਨ ਹੈ ਉਹ ਸਾਡੇ ਸਮਾਜ ਦੇ ਸਪੁਰਦ ਨਹੀਂ ਕੀਤੀ ਜਾਂਦੀ, ਜਿੰਨੀ ਦੇਰ ਉੱਥੇ ਮੰਦਰ ਨਹੀਂ ਬਣ ਜਾਂਦਾ ਉਨੀ ਦੇਰ ਇਹ ਜਿਹੜਾ ਸੰਘਰਸ਼ ਹੈ ਜਾਰੀ ਰਹੇਗਾ। ਔਰ ਨਾਲ ਹੀ 21 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਜੰਤਰ ਮੰਤਰ 'ਤੇ, ਔਰ ਥੋੜ੍ਹੀ ਦੂਰ ਅਸੀਂ ਮਾਰਚ ਵੀ ਕਰਾਂਗੇ ਦਿੱਲੀ ਵਿੱਚ, ਕੁਛ ਜਗ੍ਹਾ ਸਿਲੈਕਟ ਕਰਕੇ 1-2 ਕਿਲੋਮੀਟਰ ਜਾਂ ਜਿਤਨੀ ਵੀ ਸਾਡੇ ਕੋਲ ਸਮਾਂ ਹੋਇਆ ਉਸ ਹਿਸਾਬ ਨਾਲ ਸੰਗਤਾਂ ਉਸ ਸੜਕ 'ਤੇ ਮਾਰਚ ਵੀ ਕਰਨਗੀਆਂ, ਤਾਂ ਕਿ ਸਰਕਾਰ ਸ਼ਾਇਦ ਧਰਨੇ 'ਤੇ ਬੈਠਿਆਂ ਨੂੰ ਨਾ ਦੇਖ ਸਕੇ ਔਰ ਉਹ ਜੋ ਮਾਰਚ ਹੋਏਗਾ ਉਸ ਰਾਹੀਂ ਵੀ ਸੰਗਤ ਇੱਕ ਮੈਸੇਜ ਆਵੇ। ਔਰ ਸਭ ਤੋਂ ਜੋ ਦੁਖਦਾਈ ਗੱਲ ਹੈ ਉਹ ਅਸੀਂ ਇਹ ਕਿ ਜਿਹੜੇ ਸਾਡੇ ਮਾਣਯੋਗ ਕੇਂਦਰੀ ਮੰਤਰੀ ਹਨ ਸ਼੍ਰੀ ਹਰਦੀਪ ਪੁਰੀ ਜੀ, ਜਿਨ੍ਹਾਂ ਵੱਲੋਂ ਦੂਸਰੀ ਜਗ੍ਹਾ ਬਦਲ ਕੇ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਹੈ, ਇਸ ਦੇ ਨਾਲ ਅਸੀਂ ਕਤਈ ਸਹਿਮਤ ਨਹੀਂ, ਅਸੀਂ ਇਸ ਨਾਲ ਬਿਲਕੁਲ ਸਹਿਮਤ ਨਹੀਂ। ਕਿਉਂ ਸਹਿਮਤ ਨਹੀਂ? ਕਿਉਂਕਿ ਸਾਡੇ ਜ਼ਮੀਨ ਅਤੇ ਗੁਰਦਾਸ ਮਹਾਰਾਜ ਦੇ ਨਾਮ ਲੇਵਾ ਸੰਗਤਾਂ ਕੋਲ ਬਹੁਤ ਜਗ੍ਹਾ 'ਤੇ ਹੈ, ਲੇਕਿਨ ਇਹ ਇੱਕ ਇਤਿਹਾਸਕ ਧਾਰਮਿਕ ਚਰਨਛੋਹ ਪ੍ਰਾਪਤ ਧਰਤੀ ਹੈ, ਇਸ ਕਰਕੇ ਅਸੀਂ ਇਸੇ ਜਗ੍ਹਾ 'ਤੇ ਮੰਦਰ ਔਰ ਇਸੇ ਜਗ੍ਹਾ ਨੂੰ ਲੈਣਾ ਚਾਹਾਂਗੇ। ਅਸੀਂ ਇਸ ਜੋ ਉਹਨਾਂ ਦਾ ਜੋ ਬਿਆਨ ਆਇਆ ਉਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ। ਜਿਹੜੀ ਗੁਰੂ ਪਿਆਰੀ ਸਾਧ ਸੰਗਤ ਹੈ ਉਹ ਸਾਡੇ, ਇਹ ਜੋ ਹਮਲਾ ਹੋਇਆ ਸਾਡੇ ਧਾਰਮਿਕ ਅਸਥਾਨ 'ਤੇ ਹਮਲਾ ਹੋਇਆ, ਸਾਡੀ ਧਾਰਮਿਕ ਆਜ਼ਾਦੀ 'ਤੇ ਹਮਲਾ ਹੋਇਆ, ਇਸ ਨੂੰ ਮੁੱਖ ਰੱਖਦੇ ਹੋਏ 15 ਅਗਸਤ ਦੀ ਆਜ਼ਾਦੀ ਦਿਵਸ ਦੇ ਵਿੱਚ ਅਸੀਂ ਆਪਣੀ ਸਮੂਹ ਸੰਗਤ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਦੇ ਵਿੱਚ ਸ਼ਾਮਲ ਨਾ ਹੋਇਆ ਜਾਵੇ ਔਰ ਇਸ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼ਾਮਲ ਨਾ ਹੋਣ। ਅਗਰ 21 ਤਰੀਕ ਤੱਕ ਨਹੀਂ ਮੰਨਦੀ ਤਾਂ ਜਿਹੜੇ ਉੱਥੇ ਸਾਰੇ ਭਾਰਤ ਨੇ ਵਿਦੇਸ਼ਾਂ ਦੀ ਵੀ ਸੰਗਤ ਆ ਕੇ ਜਾਂ ਅਹੁਦੇਦਾਰ ਆ ਕੇ ਬੈਠੇ ਹੋਣਗੇ ਉਸੇ ਸਮੇਂ ਫੈਸਲਾ ਲੈ ਲੈਣਗੇ ਕਿ ਅਗਲਾ ਸੰਘਰਸ਼ ਕਿਸ ਤਰ੍ਹਾਂ ਕਰਨਾ ਹੈ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ 'ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।